ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਕਾਂਗਰਸ ਨੇ ਆਖਰੀ ਲਿਸਟ ਵੀ ਕੀਤੀ ਜਾਰੀ ਤੇ ਸੀਐਮ ਚੰਨੀ ਦੋ ਸੀਟਾਂ ਤੋਂ ਲੜਨਗੇ ਚੋਣਾਂ ਤਾ ਦੋਸਤੋ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਲਈ ਕਾਂਗਰਸ ਪਾਰਟੀ ਨੇ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਕਾਂਗਰਸ ਨੇ 109 ਉਮੀਦਵਾਰਾਂ ਦੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਸੀ ਤੇ ਮੁੱਖ ਮੰਤਰੀ ਚੰਨੀ ਹੁਣ ਭਦੌੜ ਅਤੇ ਚਮਕੌਰ ਸਾਹਿਬ ਤੋਂ ਵੀ ਹਲਕਿਆਂ ਤੋਂ ਚੋਣ ਲੜਨਗੇ ਅਗਲੀ ਖਬਰ ਹੈ ਬਿਕਰਮ ਮਜੀਠੀਏ ਨੇ ਇੱਕ ਸੀਟ ਤੋਂ ਲੜਨ ਚੋਣ ਲੜਨ ਦਾ ਦਿੱਤਾ ਸੰਕੇਤ ਕਿ ਹੈ ਸਿੱਧੂ ਦਾ ਰਾਂਝਾ ਰਾਜੀ ਕਰ ਦੇਵਾਂਗਾ ਤਾਂ ਦੋਸਤੋ ਅੰਮ੍ਰਿਤਸਰ ਪੂਰਵੀ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਟੱਕਰ ਦੇ ਰਹੇ ਅਕਾਲੀ ਆਗੂ ਬਿਕਰਮ ਮਜੀਠੀਏ ਨੇ ਵੱਡਾ ਬਿਆਨ ਦੇ ਦਿੱਤਾ ਮਜੀਠੀਆ ਜੋ ਕਿ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ ਨੇ ਸੰਕੇਤ ਦਿੱਤਾ ਕਿ ਉਹ ਇੱਕ ਸੀਟ ਤੋਂ ਹੀ ਚੋਣ ਲੜ ਸਕਦੇ ਨੇ ਮਜੀਠੀਏ ਨੇ ਕਿਹਾ ਕਿ ਇਹ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਦਾ ਮਾਮਲਾ ਮੈਂ ਇਸ ਇਲਾਕੇ ਦੇ ਲੋਕ ਦਬਾਅ ਬਣਾ ਰਹੇ ਨੇ ਕਿ ਇਸ ਨੇ ਇਲਾਕੇ ਦੇ ਲੋਕਾਂ ਦੀ ਬੇਇਜ਼ਤੀ ਕੀਤੀ ਹੈ ਤੇ ਇਸ ਲਈ ਇਹ ਅੰਮ੍ਰਿਤਸਰ ਈਸਟ ਦੀ ਇੱਜ਼ਤ ਦੀ ਲੜਾਈ ਹੈ ਮਜੀਠੀਏ ਨੇ ਕਿਹਾ ਕਿ ਬਾਕੀ ਹਾਲੇ ਕੋਈ ਪਤਾ ਨਹੀਂ 2-3 ਦਿਨ ਪਏ ਨੇ ਇਸ ਦਾ ਵੀ ਰਾਂਝਾ ਰਾਜੀ ਕਰ ਦੇਵਾਂਗਾ ਮੈਂ ਇੱਕ ਸੀਟ ਤੋਂ ਹੀ ਲੜਾਂਗਾ ਜਾਂ ਉਹ ਆ ਉਹ ਆ ਜਾਵੇ ਉਥੇ ਜਾਂ ਫਿਰ ਦੋ ਹੱਥ ਇੱਥੇ ਕਰ ਲਵੇ ਜਾਂ ਫਿਰ ਵਿਲੇ ਹੋ ਜਾਵਾਂਗੇ ਜਾਂ ਫਿਰ ਪਾਰ ਲੰਘ ਜਾਵਾਂਗੇ ਅਗਲੀ ਖਬਰ ਹੈ ਬਗਾਵਤ ਤੋਂ ਘਬਰਾ ਕੇ ਕਾਂਗਰਸ ਨੇ 8 ਸੀਟਾਂ ਰੋਕੀਆਂ ਚਾਰ ਵਿਧਾਇਕਾਂ ਦੀਆਂ ਟਿਕਟਾਂ ਵੀ ਫਸੀਆਂ ਤਾਂ ਦੋਸਤੋ ਪੰਜਾਬ ਦੇ ਵਿੱਚ ਕਾਂਗਰਸ ਨੇ ਬਗਾਵਤ ਨੂੰ ਦੇਖਦੇ ਹੋਏ 8 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਰੋਕ ਦਿੱਤਾ ਹੈ ਜਿਸ ਕਾਰਨ ਚਾਰ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਵੀ ਫਸ ਗਈਆਂ ਨੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੇ ਹੁਣ ਤੱਕ ਪਟਿਆਲਾ ਸਹਿਰੀ ਅਤੇ ਜਲਾਲਾਬਾਦ ਤੋਂ ਉਮੀਦਵਾਰ ਨਹੀਂ ਖੜੇ ਕੀਤੇ ਇੱਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਮੁਖੀ ਸੁਖਵੀਰ ਬਾਦਲ ਉਮੀਦਵਾਰ ਹਨ ਇਹ ਕਾਂਗਰਸ ਦੀ ਰਣਨੀਤੀ ਹੈ ਜਾਂ ਕਿਸੇ ਦਿਗਜ ਜਾਂ ਫਿਰ ਕਿਸੇ ਸੰਸਦ ਮੈਂਬਰ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਹੈ ਜਾਂ ਫਿਰ ਚਰਚਾ ਦਾ ਦੌਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦੇ ਲਈ ਸਿਰਫ 2 ਦਿਨ ਬਾਕੀ ਨੇ ਅਜੇ ਦੇ ਵਿੱਚ ਟਿਕਟ ਦੇ ਦਾਵੇਦਾਰਦਿਆਂ ਚਿੰਤਾਵਾਂ ਹੋਰ ਵੱਧ ਗਈਆਂ ਨੇ ਕਾਂਗਰਸ ਨੇ ਪਟਿਆਲਾ ਸਹਿਰੀ ਅਟਾਰੀ ਜਲਾਲਾਬਾਦ ਬਰਨਾਲਾ ਭਦੌੜ ਲੁਧਿਆਣਾ ਦੱਖਣੀ ਖੇਮ ਕਰਨ ਤੇ ਨਮਾ ਸਰ ਦੀਆਂ ਟਿਕਟਾਂ ਦਾ ਐਲਾਨ ਵੀ ਕਰ ਦਿੱਤਾ ਹੈ ਅਗਲੀ ਖਬਰ ਹੈ ਖੋਦ ਨੂੰ ਜੰਜੀਰਾ ਦੇ ਵਿੱਚ ਬੰਨ ਮੋੜ ਸਿੰਘੂ ਬਾਰਡਰ ਪਹੁੰਚੇ ਕਿਸਾਨ ਦਿੱਲੀ ਤੇ ਹਰਿਆਣਾ ਪੁਲਿਸ ਨੇ ਰੋਕਿਆ ਤਾਂ ਦੋਸਤੋ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੰਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਐਮਐਸਪੀ ਦੇ ਮੁੱਦੇ ਨੂੰ ਲੈ ਕੇ 31 ਜਨਵਰੀ ਯਾਨੀ ਕਿ ਅੱਜ ਦੇਸ਼ ਭਰ ਦੇ ਵਿੱਚ ਸਰਕਾਰ ਵਿਰੁੱਧ ਰੋਸ ਮਜਾਰੇ ਕਰਨ ਦਾ ਸੱਦਾ ਦਿੱਤਾ ਸੀ ਉੱਥੇ ਹੀ ਕੁਝ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੋਹੇ ਦੀਆਂ ਜੰਜੀਰਾਂ ਦੇ ਵਿੱਚ ਖੁਦ ਨੂੰ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ ਇਹਨਾਂ ਕਿਸਾਨਾਂ ਨੇ ਦਿੱਲੀ ਬਾਰਡਰ ਤੋਂ ਪੈਦਲ ਮਾਰਚ ਸ਼ੁਰੂ ਕੀਤਾ ਇਹ ਪੈਦਲ ਮਾਰਚ ਰਾਹੀਂ ਕਿਸਾਨ ਦਿੱਲੀ ਜੰਤਰ ਮੰਤਰ ਤੱਕ ਜਾਣ ਦੀ ਗੱਲ ਕਰ ਰਹੇ ਨੇ ਪਰ ਕਿਸਾਨਾਂ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੇ ਦਿੱਲੀ ਤੇ ਹਰਿਆਣਾ ਪੁਲਿਸ ਨੇ ਰੋਕ ਲਿਆ ਇਸ ਸਮੇਂ ਦਿੱਲੀ ਪੁਲਿਸ ਦੇ ਉੱਚ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਦੱਸ ਦਈਏ ਕਿ ਤਿੰਨ ਖੇਤੀ ਕਾਨੂੰਨਾ ਖਿਲਾਫ ਅੰਦੋਲਨ ਤਾਂ ਮਲਤਵੀ ਹੋ ਗਿਆ ਪਰ ਇੱਕ ਵਾਰ ਫੇਰ ਕਿਸਾਨਾਂ ਨੇ ਘਟੋ ਘੱਟ ਸਮਰਥਨ ਯਾਨੀ ਕਿ ਐਮਐਸਪੀ ਦੀ ਮੰਗ ਨੂੰ ਲੈ ਕੇ ਪੈਦਲ ਮਾਰਚ ਸ਼ੁਰੂ ਕਰ ਦਿੱਤੇ ਨੇ ਅਗਲੀ ਖਬਰ ਹੈ ਕਾਂਗਰਸ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟੀ ਤੇ ਸਾਬਕਾ ਰੇਲ ਮੰਤਰੀ ਦੇ ਪੁੱਤ ਨੂੰ ਮਿਲਿਆ ਮੌਕਾ ਤਾਂ ਦੋਸਤੋ ਕਾਂਗਰਸ ਪਾਰਟੀ ਦੇ ਵੱਲੋਂ ਵਾਕੀ ਰਹਿੰਦੇ ਉਮੀਦਵਾਰਾਂ ਦੀ ਅੰਤਮ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਵਿੱਚ ਬਰਨਾਲਾ ਤੋਂ ਸਾਫ ਕਾ ਵਿਧਾਇਕ ਕੇਵਲ ਸਿੰਘ ਢਿਲੋਂ ਦੀ ਟਿਕਟ ਕੱਟ ਕੇ ਸਾਫ ਕਾ ਰੀਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ ਅਗਲੀ ਖਬਰ ਹੈ ਜਲਦ ਖੁੱਲਣਗੇ ਸਾਰੇ ਸਕੂਲ ਕਾਲਜ ਸਰਕਾਰ ਕਰ ਰਹੀ ਹੈ ਤਿਆਰੀ ਪਿਆਰੀ ਕੀਤੀ ਜਾਵੇਗੀ ਨਵੀਂ ਗਾਈਡਲਾਈਨ ਤਾਂ ਦੋਸਤੋ ਕਰੋਨਾ ਦੇ ਮੱਦੇ ਨਜ਼ਰ ਦੇਸ਼ ਦੇ ਦੇਸ਼ ਭਰ ਦੇ ਵਿੱਚ ਸਕੂਲ ਕਾਲਜ ਅਤੇ ਹੋਰ ਵਿਦਿਅਕ ادارے ਕਈ ਮਹੀਨਿਆਂ ਤੋਂ ਬੰਦ ਹਨ ਪਰ ਹੁਣ ਜਿਵੇਂ ਹੀ ਕਰੋਨਾ ਦੀ ਰਫ਼ਤਾਰ ਘਟਦੀ ਹੈ ਫਿਰ ਤੋਂ ਸਕੂਲ ਅਤੇ ਕਾਲਜ ਖੁੱਲਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਜਲਦੀ ਹੀ ਸਾਰੇ ਵਿਦਿਅਕ ادارے ਮੁੜ ਤੋਂ ਖੁੱਲੇ ਜਾਣਗੇ ਹਾਲਾਂਕਿ ਇਹਨਾਂ ਨੂੰ ਕਦੋਂ ਖੋਲਿਆ ਜਾਣਾ ਹੈ ਜਾਂ ਫਿਰ ਇਹ ਸੂਬਾ ਸਰਕਾਰਾਂ ਤੇ ਨਿਰਪਰ ਕਰਦਾ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਅਜੇ ਹੋਰ ਕਰਨਾ ਪਵੇਗਾ ਠੰਡ ਦਾ ਸਾਹਮਣਾ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਅਗਲੇ 24 ਘੰਟਿਆਂ ਦੌਰਾਨ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ਤੇ ਠੀਤ ਲਹਿਰ ਜਾਰੀ ਰਹੇਗੀ ਯੂਪੀ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਖੜਾਕੇ ਦੀ ਠੰਡ ਪੈ ਰਹੀ ਹੈ ਹਾਲਾਂਕਿ ਅਗਲੇ 24 ਘੰਟਿਆਂ ਬਾਅਦ ਪੂਰਬੀ ਰਾਜਸਥਾਨ ਦੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਸਕਦੀ ਹੈ ਅਗਲੀ ਖਬਰ ਹੈ ਅਮਰੀਕਾ ਦੇ H1B ਵੀਜ਼ਾ ਦੀ ਰਜਿਸਟ੍ਰੇਸ਼ਨ 1 ਮਾਰਚ ਤੋਂ ਸ਼ੁਰੂ ਸਫਲ ਬਿਨੈਕਾਰਾਂ ਦਾ ਲਾਟਰੀ ਸਿਸਟਮ ਨਾਲ ਹੋਵੇਗੀ ਚੋਣ ਤਾਂ ਦੋਸਤੋ 23 ਸਾਲ 2023 ਦੇ ਲਈ ਸਭ ਤੋਂ ਵੱਧ ਮੰਗ ਵਾਲੇ H1B ਵੀਜ਼ਾ ਦੀ ਰਜਿਸਟ੍ਰੇਸ਼ਨ ਇਸ ਸਾਲ 1 ਮਾਰਚ ਤੋਂ ਸ਼ੁਰੂ ਹੋ ਜਾਵੇਗੀ ਅਮਰੀਕੀ ਸੰਘੀ ਇਮੀਗ੍ਰੇਸ਼ਨ ਏਜੰਸੀ ਦੇ ਮੁਤਾਬਕ ਸਫਲ ਬਿਨੈਕਾਰਾਂ ਦੀ ਬਿਨਾਂ ਕਿਸੇ ਕਰਮ ਦੇ ਚੋਣ ਕੀਤੀ ਜਾਵੇਗੀ 31 ਮਾਰਚ ਤੱਕ ਉਹਨਾਂ ਨੂੰ ਆਨਲਾਈਨ ਨੋਟੀਫਾਈ ਕੀਤਾ ਜਾਵੇਗਾ H1B ਵੀਜ਼ਾ ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ ਅਮਰੀਕੀ ਕੰਪਨੀਆਂ ਨੂੰ ਇਹ ਸਿਧਾਂਤਕ ਜਾਂ ਤਕਨੀਕੀ ਮਾਰੰਦੀ ਦਰਕਾਰ ਵਾਲੇ ਵਿਸ਼ੇਸ਼ ਪੇਸੇ 'ਚ ਵਿਦੇਸ਼ ਕਾਮਿਆਂ ਨੂੰ ਕੰਮ ਕਰਨ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈਗਾ ਅਗਲੀ ਖਬਰ ਹੈ ਵੀ ਕੇ ਯੂ ਇਕਤਾ ਗੁਰਾਹਾਂ ਦਾ ਵੱਡਾ ਐਲਾਨ ਜਾਨੋ ਜੁਗਿੰਦਰ ਸਿੰਘ ਉਗਰਾਹਾਂ ਨੇ ਵਿਧਾਨ ਸਭਾ ਚੋਣਾਂ 'ਚ ਹਮਾਇਤ ਨੂੰ ਲੈ ਕੇ ਕੀ ਕਿਹਾ ਤਾਂ ਦੋਸਤੋ ਦਿੱਲੀ ਕਿਸਾਨ ਮੋਰਚੇ ਦੀ ਹੋਈ ਜਿੱਤ ਦੀ ਖੁਸ਼ੀ ਵਿੱਚ ਪੰਡ ਵੀਰੋਕੇ ਕਲਾਂ ਲੋਕਾਂ ਦੀ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਜਥੇਬੰਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦੀ ਅਤੇ ਨਾ ਹੀ ਖੁਦ ਚੋਣਾਂ ਵਿੱਚ ਹਿੱਸਾ ਲਵੇਗੀ। ਅਗਲੀ ਖਬਰ ਹੈ ਵਿੱਤ ਮੰਤਰੀ ਨਿਰਮਲਾ ਸਿਤਾਰਮਨ 1 ਜਨਵਰੀ ਨੂੰ ਪੇਸ਼ ਕਰਨਗੇ ਆਪਣਾ ਚੌਥਾ ਬਜਟ ਤਾਂ ਦੋਸਤੋ ਭਾਰਤ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਨਿਰਮਲਾ ਸਿਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2022 ਅਤੇ 23 ਦਾ ਬਜਟ ਪੇਸ਼ ਕਰੇਗੀ ਭਾਰਤੀ ਸੰਵਿਧਾਨ ਦੇ ਆਰਟੀਕਲ 112 ਦੇ ਅਨੁਸਾਰ ਕੇਂਦਰੀ ਬਜਟ ਉਹ ਦਸਤਾਵੇਜ਼ ਹੈ ਜੋ ਉਸ ਉਸ ਖਾਸ ਸਾਲ ਦੇ ਲਈ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚਿਆਂ ਦਾ ਬਿਰਵਾਤ ਦਿੰਦਾ ਹੈ ਇਹ 2014 ਵਿੱਚ ਸੱਤਾ 'ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ 10ਵਾਂ ਬਜਟ ਹੋਵੇਗਾ ਜਦੋਂ ਕਿ ਇਹ ਸitaram ਦੇ ਵੱਲੋਂ 2019 ਵਿੱਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੇਸ਼ ਕੀਤਾ ਜਾਣ ਵਾਲਾ ਚੌਥਾ ਬਜਟ ਹੋਵੇਗਾ ਅਗਲੀ ਖਬਰ ਹੈ ਕਿਸਾਨਾਂ ਦੇ ਲਈ ਲੋਨ ਨਾਲ ਜੁੜੀ ਖੁਸ਼ਖਬਰੀ ਇੱਕ ਹੋਰ ਤੋਹਫਾ ਦੇ ਸਕਦੀ ਹੈ ਮੋਦੀ ਸਰਕਾਰ ਤਾਂ ਦੋਸਤੋ ਸੂਤਰਾਂ ਦੇ ਅਨੁਸਾਰ ਖੇਤੀ ਸੈਕਟਰ ਨੂੰ ਹੱਲਾਸ਼ੀਰੀ ਦੇਣ ਦੇ ਲਈ ਕੇਂਦਰ ਦੀ ਮੋਦੀ ਸਰਕਾਰ 1 ਫਰਵਰੀ ਨੂੰ ਪੇਸ਼ ਹੋਣ ਵਾਲੇ 2022 ਤੇ 23 ਬਜਟ ਦੇ ਵਿੱਚ ਖੇਤੀ ਲਿਮਟਾਂ ਦੇ ਟੀਚੇ ਨੂੰ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ ਇਸ ਸਾਲ ਇਹ ਸਰਕਾਰੀ ਕਰਜਾ 16.5 ਲੱਖ ਕਰੋੜ ਰੁਪਏ ਹੈ ਸੂਤਰਾਂ ਨੇ ਕਿਹਾ ਕਿ ਸਰਕਾਰ ਹਰ ਸਾਲ ਖੇਤੀ ਸੈਕਟਰ ਦੇ ਵਿੱਚ ਲਿੰਮਟਾਂ ਦਾ ਟੀਚਾ ਵਧਾ ਰਹੀ ਹੈ। ਅਗਲੀ ਖਬਰ ਹੈ। ਕੈਨੇਡਾ ਦੀ ਰਾਜਧਾਨੀ ਦੇ ਵਿੱਚ ਹਿੰਸਾ ਦੀ ਸੰਭਾਵਨਾ ਪੁਲਸ ਹਾਈ ਅਲਰਟ ਤੇ ਪ੍ਰਧਾਨ ਮੰਤਰੀ ਵੀ ਗਏ ਅਨਪਸਾਤੀ ਥਾਂ ਤੇ ਤਾਂ ਦੋਸਤੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਆਪਣੇ ਹੀ ਦੇਸ਼ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਪਰਿਵਾਰ ਦੇ ਸਮੇਤ ਆਪਣੀ ਸਰਕਾਰੀ ਰਹਿਸ ਛੱਡ ਕੇ ਗੁਪਤ ਸਥਾਨ ਤੇ ਜਾਣਾ ਪਿਆ ਹੈ ਇਹ ਸਾਰਾ ਮਾਮਲਾ ਕਰੋਨਾ ਵੈਕਸੀਨ ਦੀ ਜ਼ਰੂਰਤ ਅਤੇ ਸੰਕਰਮਣ ਨੂੰ ਰੋਕਣ ਲਈ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਨਾਲ ਜੁੜਿਆ ਹੋਇਆ ਹੈ। ਜਸਟਨ ਟਰੂਡੋ ਦੀ ਸਰਕਾਰ ਨੇ ਇੱਕ ਨਿਯਮ ਬਣਾਇਆ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਟਰੱਕਾਂ ਦੇ ਡਰਾਈਵਰਾਂ ਲਈ ਕਰੋਨਾ ਟਿਕਾ ਕਰਨਾ ਲਾਜ਼ਮੀ ਹੈ। ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਗਲੀ ਖਬਰ ਹੈ, ਸੀਆਈਐਸਐਫ ਦੇ ਵਿੱਚ 12ਵੀਂ ਪਾਸ ਦੇ ਲਈ ਨਿਕਲੀਆਂ ਨੌਕਰੀਆਂ 4 ਮਾਰਚ ਤੱਕ ਕਰ ਸਕਦੇ ਹੋ ਅਪਲਾਈ। ਤਾਂ ਦੋਸਤੋ, ਸੀਆਈਐਸਐਫ ਦੇ ਵਿੱਚ ਕਾਂਸਟੇਬਲ ਦੀ ਭਰਤੀ ਨਿਕਲੀ ਹੈ। ਤੁਸੀਂ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਅਧਿਕਾਰਤ ਵੈੱਬਸਾਈਟ cicsfrcwt.in ਤੇ ਜਾ ਕੇ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਕੁੱਲ ਅਸਾਮੀਆਂ ਨੇ 1149 ਭਰਤੀਆਂ ਮੰਗੀਆਂ ਨੇ ਜੋ ਕਿ ਉਮੀਦਵਾਰ ਇਹਨਾਂ ਦੀ ਆਨਲਾਈਨ ਅਰਜੀ 29 ਜਨਵਰੀ ਤੋਂ ਲੈ ਕੇ 4 ਮਾਰਚ 2022 ਤੱਕ ਭਰ ਸਕਦੇ ਨੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਮੱਠੀ ਪੈਣ ਲੱਗੀ ਕਰੋਨਾ ਦੀ ਰਫ਼ਤਾਰ 2803 ਨਵੇਂ ਮਾਮਲੇ ਆਏ ਸਾਹਮਣੇ ਤੇ 22 ਲੋਕਾਂ ਦੀ ਹੋਈ ਮੌਤ ਤਾਂ ਦੋਸਤੋ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਪੈ ਰਹੀ ਹੈ ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 2803 ਮਾਮਲੇ ਪੋਜ਼ੀਟਿਵ ਪਾਏ ਗਏ ਨੇ ਜਦਕਿ 22 ਲੋਕਾਂ ਦੀ ਇਸ ਕਰੋਨਾ ਵਾਇਰਸ ਤੋਂ ਕਰਕੇ ਮੌਤ ਵੀ ਹੋਈ ਹੈ ਅਗਲੀ ਖਬਰ ਹੈ ਵਿੱਗ ਵੋਸ 15 ਦੀ ਜੇਤੂ ਬਣੀ ਤੇ ਜਸਪੀ ਪ੍ਰਕਾਸ਼ ਪ੍ਰਤੀਕ ਸਹਿਜਪਾਲ ਰਹੇ ਰਨਰ ਅਪ ਤਾਂ ਦੋਸਤੋ ਟੈਲੀਵਿਜ਼ਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਵਿੱਗ ਵੋਸ 15 ਦਾ ਵਿਨਰ ਇੰਤਜ਼ਾਰ ਖਤਮ ਹੋ ਗਿਆ ਤੇ ਜਸਪੀ ਪ੍ਰਕਾਸ਼ ਇਸ ਸ਼ੋਅ ਦੀ ਵਿਨਰ ਰਹੀ ਹੈ ਤਾਂ ਇਸ ਦੌਰਾਨ ਸਹਿਜਪਾਲ ਦੂਜੇ ਸਥਾਨ ਤੇ ਰਹੇ ਨੇ ਤੇ ਕਰਨ ਕੁੰਦਰਾ ਨੂੰ ਤੀਜਾ ਸਥਾਨ ਮਿਲਿਆ ਅਗਲੀ ਖਬਰ ਹੈ ਪੰਜਾਬ ਲੋਕ ਕਾਂਗਰਸ ਨੇ ਕੈਪਟਨ ਵਾਲੀ ਪਾਰਟੀ ਨੇ ਜਾਰੀ ਕੀਤੀ ਚੌਥੀ ਸੂਚੀ ਦੋ ਉਮੀਦਵਾਰਾਂ ਦਾ ਕੀਤਾ ਐਲਾਨ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਲੋਕ ਕਾਂਗਰਸ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ ਪੰਜਾਬ ਲੋਕ ਕਾਂਗਰਸ ਦੇ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਦੋ ਉਮੀਦਵਾਰਾਂ ਦੇ ਨਾਮ ਦੱਸੇ ਗਏ ਨੇ ਜਿਸ ਵਿੱਚ ਅਜਨਾਲਾ ਤੋਂ ਸਰਜੀਤ ਸਿੰਘ ਫਿਰੋਜ਼ਪੁਰ ਦਿਹਾਤੀ ਤੋਂ ਜਸਵਿੰਦਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਅਗਲੀ ਖਬਰ ਹੈ ਭਾਰਤ ਵਿੱਚ ਕਰੋਨਾ ਦੇ 234000 ਨਵੇਂ ਪੋਜ਼ਿਟਿਵ ਕੇਸ ਅਤੇ 893 ਮੌਤਾਂ ਤਾਂ ਦੋਸਤੋ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਕਰੋਨਾ ਵਾਇਰਸ ਦੇ ਭਾਰਤ ਵਿੱਚ 234000 281 ਨਵੇਂ ਪੋਜ਼ਿਟਿਵ ਕੇਸ ਪਾਏ ਗਏ ਨੇ ਜਿਸ ਤੋਂ ਬਾਅਦ ਕਰੋਨਾ ਦੇ ਕੁੱਲ ਮਰੀਜ਼ਾਂ ਦਾ ਜੋ ਅੰਕੜਾ 4 ਕਰੋੜ 10 ਲੱਖ ਤੱਕ ਪੁੱਜ ਚੁੱਕਿਆ ਹੈ ਇਸ ਲਈ 24 ਘੰਟਿਆਂ ਦੌਰਾਨ ਹੋਈਆਂ 893 ਮੌਤਾਂ ਕਰਕੇ ਹੁਣ ਤੱਕ ਮਰਨ ਵਾਲਿਆਂ ਦੀ ਜੋ ਗਿਣਤੀ ਹੈ 494000 91 ਤੱਕ ਪੁੱਜ ਚੁੱਕੀ ਹੈ ਅਗਲੀ ਖਬਰ ਹੈ ਭਗਵੰਤ ਮਾਨ ਕੋਲ ਸਿੱਧੂ ਤੇ ਮਜੀਠੀਏ ਤੋਂ ਵੀ ਘੱਟ ਜਾਇਦਾਦ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਵਿੱਚ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਚੋਣ ਸਰਗਰਮੀਆਂ 'ਚ ਵੱਧ ਗਈ ਹੈ ਤੁਹਾਨੂੰ ਦੱਸਿਏ ਕਿ ਇਸ ਦੌਰਾਨ ਹਰ ਉਮੀਦਵਾਰ ਬੱਲੂ ਆਪਣੀ ਚੱਲ ਅਚੱਲ ਜਾਇਦਾਦ ਅਤੇ ਕੁੱਲ ਜਾਇਦਾਦ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਹੁਣ ਤੱਕ ਭਰੇ ਗਏ ਨਾਮਜ਼ਦਗੀ ਪੱਤਰਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਦੇ ਹਲਫਨਾਮੇ ਅਨੁਸਾਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਕੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਮੁਕਾਬਲੇ ਘੱਟ ਜਾਇਦਾਦ ਹੈ ਅਗਲੀ ਖਬਰ ਹੈ ਪੁੱਲਰ ਦੀ ਰਿਹਾਈ ਦਾ ਮਾਮਲਾ ਸੇਤੀ ਵਿਚਾਰਿਆ ਜਾਵੇਗਾ ਕੇਜਰੀਵਾਲ ਤਾਂ ਦੋਸਤੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਰਕਾਰ ਵੱਲੋਂ ਸਿੱਖ ਬੰਦੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਸੈਂਟੈਂਸ ਰਿਵਿਊ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਗਲੀ ਖਬਰ ਹੈ ਕੈਪਟਨ ਮਰਿੰਦਰ ਸਿੰਘ ਅੱਜ ਦਾਖਲ ਕਰਵਾਉਣਗੇ ਨਾਮਜ਼ਦਗੀ ਪੱਤਰ ਤਾਂ ਦੋਸਤੋ ਕੈਪਟਨ ਮਰਿੰਦਰ ਸਿੰਘ ਜੋ ਕਿ ਹਤਕੀ ਪਟਿਆਲਾ ਸਹਿਰੀ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਹਨ ਆਪਣੀ ਨਾਮਜ਼ਦਗੀ ਫਾਰਮ ਅੱਜ ਦਾਖਲ ਕਰਵਾਉਣਗੇ ਅਗਲੀ ਖਬਰ ਹੈ ਖੱਟਰ ਦੇ ਵੱਲੋਂ ਗੁਰੂਗ੍ਰਾਮ ਦੇ ਨਿਗਮ ਦਫ਼ਤਰ ਦੇ ਵਿੱਚ ਛਾਪਾ ਮਾਰੀ ਤਾਂ ਦੋਸਤੋ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੇ ਬੀਤੀ ਰਾਤ ਗੁਰੂਗ੍ਰਾਮ ਨਗਰ ਨਿਗਮ ਦੀ ਸਫਾਈ ਵਿਵਸਥਾ ਦੇਖਣ ਦੇ ਲਈ ਸੈਕਟਰ 39 ਵਿੱਚ ਮੁੱਖ ਦਫ਼ਤਰ ਦੇ ਵਿੱਚ ਛਾਪਾਂ ਮਾਰਿਆ ਅਤੇ ਰੋਸਟਰ ਦੀ ਜਾਂਚ ਕੀਤੀ ਹੈ ਤੇ ਦੋਸਤੋ ਇਹ ਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਫਿਰ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ ਪਿਆਰ ਕਰਨਾ ਜਾਂ ਛੁੜਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ ਚ ਹੈ ਜਾਂ ਕਿਸੇ ਦੀ ਪੀਟੀ ਕਿਸੇ ਦੂਸਰੇ ਦੇ ਕਹਣੇ ਚ ਹੈ ਪ੍ਰੇਮੀ ਪ੍ਰੇਮ ਕਾਜ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ੂ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 95012 84753